ਜਿਵੇਂ ਕਿ ਦੇਖ ਰਹੇ ਹੋ ਕਿ ਅਸੀਂ ਮਾਨਸਾ ਦੇ ਵਿੱਚ ਲਾਈਵ ਤਸਵੀਰਾਂ ਤੁਸੀਂ ਧਰਨਾ ਪ੍ਰਦਰਸ਼ਨੀ ਕਿਸਾਨ ਜਥੇਬੰਦੀਆਂ ਦੁਆਰਾ ਦੇਖ ਰਹੇ ਹੋ ਅਤੇ ਹੁਣ ਇੱਥੇ ਤਲਵੰਡੀ ਅਕਲੀ ਆ ਜਿਹੜਾ ਇੱਥੇ ਪਿੰਡਾਂ ਮਾਨਸਾ ਜ਼ਿਲ੍ਹੇ ਉੱਥੋਂ ਨੌਜਵਾਨ ਪਹੁੰਚੇ ਹੋਏ ਕਿਸਾਨ ਜਥੇਬੰਦੀਆਂ ਦੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਜੋ 5 ਨਵੰਬਰ ਅੱਜ ਪੂਰੇ ਭਾਰਤ ਦੇ ਵਿੱਚ ਪਹਿਲਾਂ 31 ਜਥੇਬੰਦੀਆਂ ਸੀਗੀਆਂ, ਹੁਣ 286 ਦੇ ਨੇੜੇ ਜਥੇਬੰਦੀਆਂ ਵੱਲੋਂ ਚੱਕਾ ਜਾਮ ਹੈ 4 ਘੰਟਿਆਂ ਦਾ। ਉਸ ਦੇ ਵਿੱਚ ਪਿੰਡ ਤਲਵੰਡੀ ਅਕਲੀਆ ਜ਼ਿਲ੍ਹਾ ਮਾਨਸਾ ਇਹ ਓਵਰ ਬ੍ਰਿਜ ਮਾਨਸਾ 'ਤੇ ਅਸੀਂ ਚੱਕਾ ਜਾਮ ਕਰਨ ਦੀ ਸ਼ਮੂਲੀਅਤ ਵਾਸਤੇ ਆਏ ਹਾਂ ਪੰਜਾਬ ਕਿਸਾਨ ਯੂਨੀਅਨ ਵੱਲੋਂ। ਕੀ ਲੱਗਦਾ ਹੈ ਕਿ ਜਿਹੜਾ ਕੇਂਦਰ ਸਰਕਾਰ 'ਤੇ ਕੀ ਪ੍ਰਭਾਵ ਪੈ ਰਿਹਾ, ਟਸ ਮਸ ਹੋਈ ਹੈ? ਇਹ ਜੀ ਦੇਖੋ, ਜਿਵੇਂ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਪੰਜਾਬ ਨਾਲ, ਜਾਂ ਜਿਵੇਂ ਪੰਜਾਬ ਦੇ MLAs MPs ਨਾਲ ਕੱਲ੍ਹ ਰਾਜਘਾਟ 'ਤੇ ਹੋਇਆ, ਉਹਨਾਂ ਨੂੰ ਰਾਸ਼ਟਰਪਤੀ ਨੇ ਮਿਲਣ ਦਾ ਟਾਈਮ ਨਹੀਂ ਦਿੱਤਾ, ਉੱਥੋਂ ਤਾਂ ਇਹੀ ਲੱਗ ਰਿਹਾ ਕਿ ਗਿਣੀ ਮਿੱਥੀ ਸ਼ਾਸ਼ ਤਹਿਤ ਉਹ ਜੋ ਜੰਮੂ ਕਸ਼ਮੀਰ 'ਚ ਹੋਇਆ ਉਹ ਪੰਜਾਬ ਨਾਲ ਦੁਹਰਾਉਣਾ ਚਾਹੁੰਦੀ ਹੈ ਕੇਂਦਰ ਦੀ ਸਰਕਾਰ, ਕਿਉਂਕਿ ਉਹਨਾਂ ਨੂੰ ਇੱਕ ਬਹੁਵਾਦੀ ਸਮਾਜ ਹੈ ਜਿਹੜਾ, ਉਹ ਏਜੰਡੇ ਨੂੰ ਲੈ ਕੇ ਉਹ ਸ਼ੁਰੂ ਦੇ ਉੱਤੇ ਹੀ ਵਿਜ਼ਨ 'ਚ ਚੱਲ ਰਹੀ ਹੈ ਆਪਦੇ 'ਚ, ਉਹਨਾਂ ਨੂੰ ਕੋਈ ਫਰਕ ਨਹੀਂ ਹਜੇ ਤੱਕ ਲੱਗ ਰਿਹਾ। ਜਿਵੇਂ ਕਿ ਆਪਣੇ ਆਮ ਲੋਕ ਕਹਿ ਰਹੇ ਸੀ ਕਿ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਕਿਸਾਨਾਂ ਦੁਆਰਾ, ਇਹਦਾ ਜਿਹੜਾ ਕਾਰਪੋਰੇਟ ਘਰਾਣੇ ਉੱਤੇ ਕੋਈ ਅਸਰ ਨਹੀਂ ਪਊਗਾ, ਤੁਹਾਨੂੰ ਕੀ ਲੱਗਦਾ ਉਹਨਾਂ ਦੇ ਬਿਜ਼ਨਸ 'ਤੇ ਅਸਰ ਪੈ ਰਿਹਾ? ਹਾਂਜੀ ਬਿਲਕੁਲ, ਪੰਜਾਬ ਦੇ ਵਿੱਚ ਤਾਂ ਦੇਖੋ ਟੋਲ ਪਲਾਜ਼ੇ, ਰਿਲਾਇੰਸ ਦੇ ਮੌਲ, 2 ਥਰਮਲ ਪਲਾਂਟ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਘੇਰੇ ਹੋਏ ਨੇ, ਬਣਾਵਾਲੇ ਵਾਲਾ ਅਤੇ ਰਾਜਪੁਰੇ ਵਾਲਾ। ਪੰਜਾਬ ਦੇ ਵਿੱਚ ਉਹ ਤਾਂ ਬਹੁਤ ਵੱਡਾ ਹੀ ਘਾਟਾ ਪੈ ਰਿਹਾ, ਜਿੱਦਾਂ ਮਾਲ ਗੋਦਾਮ ਸੈਲੋ ਦੇ ਗੋਦਾਮ ਘੇਰੇ ਹੋਏ ਨੇ। ਸੋ ਅਸੀਂ ਪੰਜਾਬ ਦੀ ਤਾਂ ਗਰੰਟੀ ਦਿੰਦੇ ਹਾਂ ਕਿ ਇੱਥੇ ਤਾਂ ਕਾਰਪੋਰੇਟ ਘਰਾਣੇ ਪਿਛਲੇ 3 ਮਹੀਨਿਆਂ 'ਚ ਮੁੱਦੇ ਮੂੰਹ ਡਿੱਗੇ ਨੇ। ਤੁਸੀਂ ਨੌਜਵਾਨ ਹੋ, ਤੁਸੀਂ ਕੀ ਸੋਚ ਰਹੇ ਹੋ ਕਿ ਇਹਦੀ ਰੂਪ ਰੇਖਾ ਕੀ ਹੋਣੀ ਚਾਹੀਦੀ, ਜਿਹੜਾ ਅਗਲਾ ਪ੍ਰਦਰਸ਼ਨ? ਦੇਖੋ ਜੀ, ਜਿਵੇਂ ਹੁਣ ਪੰਜਾਬ ਦੇ ਵਿੱਚ ਅੱਜ 5 ਨਵੰਬਰ ਹੋ ਗਿਆ, ਝੋਨੇ ਦੀ ਕਟਾਈ ਲਗਭਗ ਨਿਬੜਨ ਵਾਲੀ ਹੈ, 10% ਬਾਕੀ ਹੈ। ਜੋ ਕਪਾਹ ਪੱਟੀ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ ਨਰਮਾ ਹਜੇ 50% ਪਿਆ। ਸੋ ਕਿਸਾਨ ਵੀਰਾਂ ਨੂੰ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ 5-10 ਦਿਨਾਂ ਤੱਕ ਦੁਬਾਰੇ ਆਪਾਂ ਇਹ ਅੰਦੋਲਨ ਦੇ ਵਿੱਚ ਇੱਕ ਰੂਹ ਫੂਕੀਏ ਦੁਬਾਰੇ। ਅਤੇ ਬਾਕੀ ਜਿੱਦਾਂ ਬਲਬੀਰ ਸਿੰਘ ਰਾਜੇਵਾਲ ਨੇ, ਡਾਕਟਰ ਦਰਸ਼ਨਪਾਲ ਨੇ, 31 ਜਥੇਬੰਦੀਆਂ ਦੇ ਹੋਰ ਆਗੂ ਨੇ, ਬੂਟਾ ਸਿੰਘ ਬੁਰਜਗਿੱਲ ਨੇ, ਜਗਿੰਦਰ ਗਰਾਹਾਂ ਨੇ, ਰੁਲਦੂ ਸਿੰਘ ਨੇ, ਸੋ ਇਹ ਸੂਝਵਾਨ ਲੀਡਰ ਨੇ, ਅੱਗੇ ਲੈ ਕੇ ਜਾ ਰਹੇ ਨੇ। ਅਤੇ ਵਧੀਆ ਹੀ ਸਾਨੂੰ ਇਹ ਹੈ ਕਿ ਇਹਦਾ ਕੋਈ ਰਿਜ਼ਲਟ ਨਿਕਲੇਗਾ, ਕਿਉਂਕਿ ਕਾਫੀ ਹੱਦ ਤੱਕ ਪੰਜਾਬ ਦੇ ਵਿੱਚ ਅੰਦੋਲਨ ਦੀ ਜਿੱਤ ਵੀ ਹੋਈ ਹੈ, ਕਿਉਂਕਿ 4500 ਨੂੰ 4000 ਨੂੰ ਪਹਿਲਾਂ ਨਰਮਾ ਲੱਗਦਾ ਸੀਗਾ, ਇਸ ਵਾਰ 5700 ਨੂੰ CCL ਖਰੀਦ ਰਹੀ ਹੈ, ਝੋਨਾ ਛੇਤੀ ਚੁੱਕਿਆ ਜਾ ਰਿਹਾ, ਯਾਨੀ ਪਿਛਲੇ ਸਾਲਾਂ ਨੂੰ ਇਹ ਫਰਕ ਹੈ, ਇਹ ਕਿਸਾਨਾਂ ਦੀ ਜਿੱਤ ਹੈ। ਇੱਕ ਜਿਹੜਾ ਜਿਵੇਂ ਕਿਹਾ ਜਾ ਰਿਹਾ ਕਿ ਬਿਜਲੀ ਸੰਕਟ ਆ ਰਿਹਾ ਜਾਂ ਲਿਆਂਦਾ ਜਾ ਰਿਹਾ, ਉਹਦੇ ਕੀ ਕਾਰਨ ਨੇ ਅਤੇ ਕੀ ਮਤਲਬ ਕਹਿਣਾ ਚਾਹੁੰਦੇ? ਹਾਂਜੀ, ਬਿਜਲੀ ਸੰਕਟ ਦਾ ਬਾਈ ਜੀ ਹੁਣ 6 ਮਹੀਨੇ ਕਰੋਨਾ ਚੱਲੀ ਹੈ ਲਗਾਤਾਰ, ਉਦੋਂ 1 ਵੀ ਟ੍ਰੇਨ ਨਹੀਂ ਆਈ, ਹੁਣ ਤਾਂ ਅਜੇ ਮਹੀਨਾ ਵੀ ਨਹੀਂ ਹੋਇਆ ਲਗਾਤਾਰ ਧਰਨੇ 'ਤੇ ਬੈਠਣ ਨੂੰ। ਇਹ ਕੁਛ ਨਹੀਂ ਗਾ, ਸਰਕਾਰ ਦੀਆਂ ਸਾਜ਼ਿਸ਼ਾਂ ਹੈਗੀਆਂ ਧਰਨੇ ਤੋਂ ਹਟਾਉਣ ਵਾਸਤੇ ਕਿਸਾਨਾਂ ਨੂੰ, ਹੋਰ ਕੋਈ ਗੱਲ ਨਹੀਂ, ਇਹ ਚੱਕਣਾ ਚੂਰ ਕਰਨ ਵਾਸਤੇ ਆ ਵੀ ਲੋਕ ਭੜਕ ਜਾਣ ਅਤੇ ਧਰਨੇ ਤੋਂ ਆਪਣਾ ਧਿਆਨ ਹਟਾ ਲੈਣ। ਪਰਾਲੀ ਸਾੜਨ 'ਤੇ ਹੁਣ ਬਾਈ ਜੀ ਵੱਖੋ ਵੱਖ ਦੇਖਦੇ ਹਾਂਗੇ ਵੀ ਜੇ ਅਸੀਂ ਮੰਨ ਕੇ ਚਲੋ ਪਰਾਲੀ ਨੂੰ ਗੱਠਾਂ ਬੰਨ ਕੇ ਚਕਵਾਉਣੇ, ਵੀ ਉੱਥੇ ਕਿਹੜਾ ਉਹਦੇ ਬਿਸਕੁਟ ਬਣਦੇ ਆ, ਮੱਚਦੀ ਤਾਂ ਪਰਾਲੀ ਹੋਈ ਹੈ ਜੀ। ਇੱਥੇ ਉਹ ਬਸ ਇੱਕ ਐਂ ਹੈਗਾ ਵੀ ਸਾਲ 'ਚ ਮੱਚ ਜਾਂਦੀ, ਉੱਥੇ ਅਸੀਂ ਇਕੱਠੀ ਮਚਾ ਦਿੰਦੇ ਹਾਂਗੇ, ਅਤੇ ਨਾ ਹੀ ਪਰਾਲੀ ਸਾੜਨ ਤੋਂ ਬਿਨਾਂ ਸਾਡੇ ਕੋਲ ਕੋਈ ਹੱਲ ਹੈ। 5-5, 4-4 ਏਕੜ ਵਾਲੇ ਕਿਸਾਨ ਹੈਗੇ ਜ਼ਿਆਦਾਤਰ ਪਿੰਡਾਂ 'ਚ, ਇਹਦਾ ਕੋਈ ਹੱਲ ਹੀ ਨਹੀਂ ਗਾ, ਪਰਾਲੀ ਸਾੜੇ ਬਿਨਾਂ ਤਾਂ ਕੋਈ ਹੱਲ ਨਹੀਂ ਗਾ ਜੀ। ਹਾਂਜੀ ਪੂਰਾ ਸਮਰਥਨ ਮਿਲਿਆ ਜੀ ਸਾਡੇ ਪਿੰਡੋਂ, ਅੱਜ ਤਲਵੰਡੀ ਅਗਲੀਆ ਤੋਂ ਤਕਰੀਬਨ ਸਾਰਾ ਪਿੰਡ ਹੀ ਆਇਆ, 5 ਟਰਾਲੀਆਂ ਭਰ ਕੇ ਆਇਆ ਸਾਡੇ ਪਿੰਡੋਂ ਪੰਜਾਬ ਕਿਸਾਨ ਯੂਨੀਅਨ ਵੱਲੋਂ। ਸੋ ਅਸੀਂ ਹੋਰ ਪਿੰਡਾਂ 'ਚ ਵੀ ਆਸ ਕਰਦੇ, ਤੁਸੀਂ ਇਕੱਠ ਦੇਖ ਸਕਦੇ ਹੋ ਤਕਰੀਬਨ ਆਹ ਆਪਣਾ ਭਰਿਆ ਪਿਆ ਸਾਰਾ ਆਹ, ਅਤੇ ਅਸੀਂ ਸਾਨੂੰ ਮਿਲਦਾ ਰਹੂ ਸਮਰਥਨ, ਅਸੀਂ ਹੋਰ ਵੀ ਆਸ ਕਰਦੇ ਹਾਂ। ਸਾਡਾ ਇਲਾਕਾ ਨਰਮਾ ਪੱਟੀ ਦਾ ਹੈਗਾ, ਜਦੋਂ ਅਸੀਂ ਦਿੱਲੀ ਜਾਣਾ ਅਗਲੀ ਤਰੀਕ ਨੂੰ,
ਤੇ ਉਦੋਂ ਅਸੀਂ ਹੋਰ ਇਦੋਂ ਵੱਡੇ ਸੰਘਰਸ਼ ਦੀ ਸਾਨੂੰ ਆਸ ਆ। ਕੀ ਲੱਗਦਾ ਕੇਂਦਰ ਸਰਕਾਰ ਤੇ ਅਸਰ ਹੋਊਗਾ? ਹਾਂ ਹਾਂ ਹਾਂਜੀ ਹਾਂਜੀ ਪੂਰਾ ਅਸਰ ਹੋਊਗਾ। ਅੱਜ ਵੀ ਜਿਵੇਂ ਮੰਗ ਦਾ ਪੂਰਾ ਇਹਦਾ ਅਸਰ ਪਊਗਾ ਤੇ ਪੰਜਾਬ ਸਰਕਾਰ ਤਾਂ ਤਕਰੀਬਨ ਕਿਸਾਨਾਂ ਮੂਹਰੇ ਝੁੱਕ ਚੁੱਕੀ ਹੈ। ਹੁਣ ਰਹਿ ਲੜਾਈ ਰਹਿ ਗਈ ਸਾਡੀ ਕੇਂਦਰ ਸਰਕਾਰ ਨਾਲ, ਉਹ ਸਾਡੀ ਜਾਰੀ ਰਹੂ ਤੇ ਦਿੱਲੀ ਵੀ ਅਸੀਂ ਜਾਣਾ ਵਾਂਗੇ। ਜਿਵੇਂ ਕਿ ਉਹ ਕਹਿ ਰਹੇ ਜਿਹੜੀ ਬਿਜਲੀ ਸੰਕਟ ਆਊਗਾ ਉਹਦਾ ਜਿਹੜਾ ਕਾਰਨ ਕੀ ਹੈ, ਕਿਸਾਨਾਂ ਨੇ ਰੇਲਾਂ ਰੋਕੀਆਂ ਹੋਈਆਂ ਉਹਦੇ ਕਰਕੇ ਬਿਜਲੀ ਸੰਕਟ ਆਊਗਾ, ਤੇ ਕਿਸਾਨ ਜਿੱਥੇ ਬੰਦੇ ਕਹਿ ਰਹੇ ਅਸੀਂ ਸਾਰੇ ਧਰਨੇ ਪ੍ਰਦਰਸ਼ਨ ਰੇਲਾਂ ਨੂੰ ਚੱਕ ਦਿੱਤੇ ਆ, ਇਹ ਕੀ ਕੀ ਕਾਰਨ? ਨਹੀਂ 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 ਇਹ ਕੋਈ ਬਿਜਲੀ ਸੰਕਟ ਨਹੀਂ ਹੁੰਦਾ। ਪਹਿਲਾਂ 4 ਮਹੀਨੇ 3 ਮਹੀਨੇ ਕਰੋਨਾ ਰਹਿ ਗਿਆ, ਤਕਰੀਬਨ ਹੀ ਰੇਲ ਗੱਡੀਆਂ ਬੰਦ ਆ, ਉਦੋਂ ਦਾ ਸੰਕਟ ਆਇਆ ਨਹੀਂ। ਸਾਡਾ ਨੇੜੀ ਤਲਵੰਡੀ ਅਗਲੀ ਪਿੰਡ ਆ ਥਰਮਲ ਦੇ ਬਿਲਕੁਲ ਨਾਲ, ਉਹ ਥਰਮਲ ਕਦੇ ਵੀ ਨਹੀਂ ਬੰਦ ਹੋਇਆ। ਹੁਣ ਜਿੱਦਾਂ ਨੇ ਕਿਸਾਨਾਂ ਨੇ ਧਰਨੇ ਲਗਾ ਰੱਖੇ ਆ, ਹੁਣ ਉਹ ਕਦੇ ਕਹਿੰਦਾ ਸਾਡਾ ਕੋਲਾ ਮੁੱਕ ਗਿਆ, ਸਰਕਾਰ ਕਹਿ ਦਿੰਦੀ ਬਿਜਲੀ ਸੰਕਟ ਆਊ। ਸੋ ਇਹਨਾਂ ਦੀਆਂ ਚਾਲਾਂ ਨੇ, ਇਹ ਚਾਲਾਂ ਦੇ ਵਿੱਚ ਆਉਣ ਵਾਲੇ ਕਿਸਾਨ ਹੈ ਹੀ ਨਹੀਂ ਗੇ। ਇੱਕ ਜਿਹੜਾ ਮੀਡੀਆ ਦੇ ਵਿੱਚ ਆਏ ਤੁਹਾਡੇ ਪਿੰਡ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕੀਤਾ ਗਿਆ, ਉਹਦੇ ਬਾਰੇ ਕੀ ਫੈਸਲਾ ਲਿਆ? ਹਾਂਜੀ ਹਾਂਜੀ ਉਹ ਸਾਰੇ ਨਗਰ ਵੱਲੋਂ ਫੈਸਲਾ ਲਿੱਤਾ ਗਿਆ, ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਵਿਧਾਨ ਸਭਾ ਇਜਲਾਸ ਬੁਲਾ ਕੇ ਪਿੰਡ ਦਾ ਗ੍ਰਾਮ ਸਭਾ ਦਾ, ਅਤੇ ਉਹਦੇ ਵਿੱਚ ਮਤਾ ਪਾਇਆ ਸੀ, ਉਸ ਕਰਕੇ ਅਸੀਂ ਉਹ ਪੋਸਟਰ ਲਾਈ ਗਏ।